ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਨਾ ਇੱਕ ਵੀਡੀਓ ਆਪਦੀ ਵੀਡੀਓ ਜਿਹੜੀ ਸ਼ੇਅਰ ਕਰਨ ਲੱਗਿਆ, ਇਹਦੇ ਵਿੱਚ ਵੀਡੀਓ ਪੂਰੀ ਦੇਖਿਓ, ਤੁਹਾਨੂੰ ਸਾਰੀ ਗੱਲ ਸਮਝ ਆ ਜੂਗੀ। ਇੱਕ ਬਾਈ ਹੈ, ਬਾਈ ਦਾ ਨਾਮ ਹੈ ਸੋਨੂੰ, ਦਮਕੋਰਾ ਪਿੰਡ ਹੈ ਇਹਦਾ, ਹਿਸਾਰ ਦੇ ਕੋਲੇ ਉੱਧਰ। ਅਤੇ ਬਾਈ ਕਬੱਡੀ ਖੇਡਦਾ ਸੀ ਅਤੇ ਇਹੋ ਜਿਹੀ ਪ੍ਰੋਬਲਮ ਆਈ, ਰੱਬ ਨੇ ਪਤਾ ਨਹੀਂ ਕੀ ਇਹਦੇ ਨਾਲ ਕੀ ਮਤਲਬ ਦੁਸ਼ਮਣੀ ਲਾ ਲਓ, ਜੋ ਵੀ ਲਾ ਲਓ, ਜੋ ਮਹਾਰਾਜ ਨੂੰ ਮਨਜ਼ੂਰ ਸੀਗਾ, ਇਹਦੇ ਵਿਚਾਰੇ ਦੇ ਗੋਡੇ ਦੇ ਵਿੱਚ ਕੈਂਸਰ ਦੀ ਪ੍ਰੋਬਲਮ ਆ ਗਈ। ਅਤੇ ਹੁਣ ਬਾਈ ਨੇ ਪਹਿਲਾਂ ਇਲਾਜ ਇਲੂਜ ਕਰਾਇਆ, ਇੱਥੋਂ PGI ਤੋਂ ਜਵਾਬ ਦੇ ਤਾ ਬਾਈ ਨੂੰ। ਹੁਣ ਬਾਈ ਦਾ ਕੱਲ੍ਹ ਨੂੰ ਉੱਧਰ ਇੱਕ ਹੋਸਪਿਟਲ ਹੈ ਹਿਸਾਰ ਹੀ, ਅਤੇ ਕਿਹੜਾ ਹੋਸਪਿਟਲ ਹੈ ਇੱਥੇ, ਉਹਨਾਂ ਨੇ ਮੈਨੂੰ ਡਿਟੇਲ ਭੇਜੀ ਹੈ, ਇੱਕੋ ਮਿੰਟ ਰੁਕੋ ਜੀ। ਇਹ ਹੈਗਾ ਗੰਗਾ ਹਸਪਤਾਲ, ਦਿੱਲੀ ਰੋਡ ਨੀਅਰ PNB ਬੈਂਕ ਹਿਸਾਰ। ਹਿਸਾਰ ਦੇ ਵਿੱਚ ਇਹਦਾ ਵੀਰੇ ਦਾ ਕੱਲ੍ਹ ਨੂੰ ਓਪਰੇਸ਼ਨ ਹੋਣਾ। ਅਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ, ਬੰਦੇ ਦਾ ਘਰ ਵਿਕ ਚੁੱਕਿਆ ਪਹਿਲਾਂ, ਆਹ ਜਿਹੜੀ ਮੈਂ ਵੀਡੀਓ ਪਾਉਣ ਲੱਗਿਆ, ਟੂਰਨਾਮੈਂਟ 'ਤੇ 85,000 ਰੁਪਇਆ ਇਕੱਠਾ ਹੋਇਆ ਸੀ ਇਹਨਾਂ ਨੂੰ, ਪਰ ਓਪਰੇਸ਼ਨ ਦਾ ਖਰਚਾ ਜਿਹੜਾ 4-5 ਲੱਖ ਆਉਣਾ। ਹੁਣ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਤੁਸੀਂ ਇੱਕ ਗੱਲ ਦੇਖੋ, ਕਿਸਮਤ ਜਿਹੜੇ ਗਰਾਊਂਡਾਂ 'ਚ ਬੰਦਾ ਖੇਡਦਾ ਸੀ ਉੱਥੇ ਹੀ ਉਹਨੂੰ ਵਿਚਾਰੇ ਨੂੰ ਪੈਸੇ ਇਕੱਠੇ ਕਰਨੇ ਪਏ। ਆਪਾਂ ਇੱਕ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਆ, ਜਾਂ ਉੱਦਾਂ ਵੀ ਜਿਹੜੇ ਆਪਾਂ ਬਾਹਰ ਰਹਿੰਦੇ ਹਾਂ, ਰੋਜ਼ ਖਾਂਦੇ ਪੀਂਦੇ, ਆਪਾਂ ਇੱਥੇ ਕੌਫੀ ਪੀ ਲਈ 2,000 ਰੁਪਇਆ ਬਿੱਲ ਬਣ ਜਾਂਦਾ, ਤਾਂ ਆਪਾਂ ਇਹ ਬੇਨਤੀ ਸਾਰੇ ਜਣੇ ਮੇਰੀ ਮਨਜ਼ੂਰ ਕਰੋ ਆਪਾਂ ਵੀਰੇ ਦੇ ਲਈ। ਤੁਸੀਂ ਯਾਰ ਥੱਲੇ ਨਾ ਮਤਲਬ ਇਹ ਆ ਵੀ 10 ਰੁਪਏ ਵੀ, ਇੱਕ ਤਾਂ ਇਹ ਨਾ ਸੋਚਿਆ ਕਰੋ ਵੀ ਮੇਰੇ 10-20 ਰੁਪਏ ਨਾਲ ਕੁਛ ਨਹੀਂ ਹੋਣ ਲੱਗਿਆ, ਹੋਣ ਲੱਗਿਆ। ਜੇ ਤੁਸੀਂ ਇੰਨੇ ਲੋਕ ਹੋ, ਤੁਸੀਂ ਇਹ ਦੇਖੋ ਸਾਰਿਆਂ ਨੇ 10-10, 20-20 ਰੁਪਏ ਪਾਤੇ, ਤਾਂ ਉਹਦੇ ਲਈ ਤੁਸੀਂ ਇੱਕ ਸਹਾਰਾ ਬਣ ਸਕਦੇ ਹੋ। ਮੇਰੀ ਸਾਰਿਆਂ ਨੂੰ ਬੇਨਤੀ ਹੈ, ਜਿਹੜੇ ਨਹੀਂ ਵੀ ਕਰ ਸਕਦੇ ਉਹ ਵੀਡੀਓ ਸ਼ੇਅਰ ਕਰ ਦਿਓ, ਤੁਹਾਡੀ ਵੀਡੀਓ ਸ਼ੇਅਰ ਕਰੇ ਨਾਲ ਕਿਸੇ ਨੂੰ 10 ਰੁਪਏ ਦਾ ਵੀ ਫਾਇਦਾ ਹੋ ਗਿਆ, ਤਾਂ ਤੁਹਾਡਾ ਤੁਹਾਨੂੰ ਪੁੰਨ ਲੱਗੂਗਾ। ਮੇਰੀ ਸਾਰਿਆਂ ਨੂੰ ਬੇਨਤੀ ਹੈ, ਵੀਡੀਓ ਪੂਰੀ ਦੇਖ ਕੇ ਵੀਰੇ ਬਾਰੇ ਡਿਟੇਲ ਜਾਣ ਕੇ, ਮੈਂ ਨੰਬਰ, ਗੂਗਲ ਪੇ ਨੰਬਰ, ਅਕਾਊਂਟ ਨੰਬਰ, ਉਹਨਾਂ ਦਾ ਕੰਟੈਕਟ ਨੰਬਰ ਤੁਸੀਂ ਪਹਿਲਾਂ ਗੱਲ ਕਰ ਲਓ। ਜੇ ਤੁਹਾਨੂੰ ਕੋਈ ਵਹਿਮ ਆ, ਤੁਸੀਂ ਪਹਿਲਾਂ ਆਪਦੀ ਤਸੱਲੀ ਕਰੋ, ਨਹੀਂ ਤੁਸੀਂ ਗੂਗਲ ਪੇ ਕਰ ਸਕਦੇ ਹੋ, ਅਕਾਊਂਟ 'ਚ ਪਾ ਸਕਦੇ ਹੋ, ਮੈਨੂੰ ਦੱਸ ਦਿਓ। ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਮੈਂ ਜੋ ਹੈਲਪ ਕਰ ਸਕਦਾ ਮੈਂ ਕਰੂੰਗਾ। ਆਪਾਂ ਵੀਰੇ ਲਈ ਜਿੰਨੇ ਵੀ ਵੱਧ ਤੋਂ ਵੱਧ ਪੈਸੇ ਇਕੱਠੇ ਕਰ ਸਕਦੇ ਹਾਂ, ਕੱਲ੍ਹ ਤੱਕ ਦਾ ਟਾਈਮ ਆ, ਜਿੰਨੇ ਵੀ ਹੋ ਗਏ ਅਗਲੇ ਦਾ ਸਹਾਰਾ ਬਣ ਜੂਗਾ। ਉਹ ਪੈਸਿਆਂ ਕਰਕੇ ਵਿਚਾਰੇ ਓਪਰੇਸ਼ਨ ਨਹੀਂ ਕਰਾਉਂਦੇ ਪਏ ਸੀ, ਕੱਲ੍ਹ ਦੀ ਡੇਟ ਮਿਲੀ ਵੀ ਆ, ਹਲੇ ਵੀ ਪੈਸੇ ਥੁੜਦੇ ਆ। ਆਪਾਂ ਜਿੰਨੇ ਵੀ ਕਰ ਸਕਦੇ ਹਾਂ ਸੋਨੂੰ ਬਾਈ ਨੂੰ ਕਰਕੇ ਦਈਏ, ਬਾਕੀ ਆਪਾਂ ਅਰਦਾਸ ਕਰੀਏ ਵੀ ਬਾਈ ਵਿਚਾਰਾ, ਇਹਦੀ ਹੁਣ ਲੱਤ ਕੱਲ੍ਹ ਨੂੰ ਕਹਿੰਦੇ ਕੱਟਣੀ ਪੈਣੀ ਆ, ਬਾਈ ਵਿਚਾਰਾ ਠੀਕ ਹੋਵੇ, ਆਪਦੇ ਘਰੇ ਪਹੁੰਚੇ, ਘਰਦਿਆਂ ਕੋਲ ਰਵੇ ਬੈਠੇ, ਤਾਂ ਘਰਦਿਆਂ ਦਾ ਵੀ ਮਨ ਖੁਸ਼ ਹੋਊਗਾ। ਮਤਲਬ ਪ੍ਰੋਬਲਮ ਜ਼ਿਆਦਾ ਵੱਡੀ ਪਈ ਹੈ, ਤੁਸੀਂ ਵੀਡੀਓ 'ਚ ਦੇਖ ਸਕਦੇ ਹੋ। ਆਓ ਆਪਾਂ ਸਾਰੇ ਰਲ ਮਿਲ ਕੇ ਕਿਸੇ ਦਾ ਸਹਾਰਾ ਬਣੀਏ, ਇੱਕ ਦੂਜੇ ਦੀ ਬਾਂਹ ਫੜਿਆ ਕਰੋ, ਲੱਤਾਂ ਨਾ ਖਿੱਚਿਆ ਕਰੋ, ਇੱਕ ਦੂਜੇ ਦਾ ਸਹਾਰਾ ਬਣਿਆ ਕਰੋ। ਆਈ ਆਪਾਂ ਇਹਨਾਂ ਦਾ ਰਲ ਮਿਲ ਕੇ ਜਿੰਨਾ ਕੁ ਹੱਲ ਹੋ ਸਕਿਆ ਜ਼ਰੂਰ ਕਰਾਂਗੇ। ਥੈਂਕ ਯੂ ਸਾਰਿਆਂ ਦਾ। ਬਹੁਤ ਜ਼ਰੂਰੀ ਗੱਲ ਤੁਹਾਡੇ ਨਾਲ ਕਰਨੀ ਹੈ। ਇੱਕ ਖਿਡਾਰੀ ਸਾਡੇ ਕੋਲ ਆਇਆ ਹੈ, ਸੋਨੂੰ ਸਿੰਘ ਨਾਮ ਹੈ ਇਸ ਨੌਜਵਾਨ ਦਾ, ਤੇ ਦਮਕੋਰਾ ਪਿੰਡ ਹੈ ਹਰਿਆਣੇ ਦੇ ਵਿੱਚ। ਇਹ ਨੌਜਵਾਨ ਦਾ ਗੋਡੇ ਦੇ ਵਿੱਚ ਮੇਰੇ ਵੀਰੋ ਟਿਊਮਰ ਹੈ। ਸਿੱਧੀ ਗੱਲ ਦੱਸਾਂ, ਕਈ ਵਾਰੀ ਆਪਣੇ ਪਿੰਡ ਵਾਲਿਆਂ ਨੂੰ ਨਹੀਂ ਪਤਾ ਲੱਗਦਾ ਵੀ ਕੈਂਸਰ ਹੈ ਗੋਡੇ ਦੇ ਵਿੱਚ। ਆ ਨੌਜਵਾਨ ਜਿਹੜਾ ਤੁਹਾਡੇ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਇਆ, ਇਹਦਾ ਦਮਕੋਰਾ ਪਿੰਡ ਹੈ ਮੇਰੇ ਵੀਰੋ, ਸੋਨੂੰ ਨਾਮ ਹੈ, ਗੋਡੇ ਦੇ ਵਿੱਚ ਕੈਂਸਰ ਹੈ ਇਹਦਾ। ਪਹਿਲਾਂ ਵੀ ਇੱਕ ਆਪਰੇਸ਼ਨ ਹੋਇਆ, ਘਰ ਸਾਰਾ ਵਿਕ ਗਿਆ, ਸਾਰਾ ਘਰ ਵਿਕ ਗਿਆ, ਪਰ ਹੁਣ ਇਹ ਨੌਜਵਾਨ ਕੋਲ ਇੱਕ ਲਾਸਟ ਉਮੀਦ ਹੈ ਵੀ ਦੁਬਾਰਾ ਆਪਰੇਸ਼ਨ ਕਰਾ ਕੇ ਆ ਜਿਹੜੀ ਇਹਦੀ ਜੇ ਲੱਤ ਕੱਟੀ ਜਾਵੇ ਤਾਂ ਕਿ ਜਿਹੜਾ ਇਹਦਾ ਕੈਂਸਰ ਹੈ ਉਹ ਤਾਂ ਨਾ ਜਾਵੇ ਤੇ ਇਹਦੀ ਜ਼ਿੰਦਗੀ ਮੇਰੇ ਵੀਰੋ ਬਚ ਸਕੇ। ਸਾਡੀ ਤੇ ਇਹੋ ਕੋਸ਼ਿਸ਼ ਹੈ। ਅੱਜ ਇਸ ਮੁੰਡੇ ਨੂੰ ਆਪਾਂ ਬੁਲਾਇਆ ਸੀ, ਪਹਿਲਾਂ ਵੀ ਵੀਰਾਂ ਨੇ ਬਹੁਤ ਗੇੜਾ ਦਿੱਤੇ ਹੈ, ਅਸੀਂ ਬੇਨਤੀ ਕੀਤੀ, ਚਲੋ ਤੁਸੀਂ ਸਹਿਯੋਗ ਦਿੱਤਾ, ਅਸੀਂ ਇਹ ਗੱਲ ਮੰਨਦੇ ਹਾਂ। ਦੁਬਾਰਾ ਦੁਬਾਰਾ ਜਦੋਂ ਗੇੜੇ ਨੂੰ ਕਹਿੰਦੇ ਉਦੋਂ ਵੀ ਔਖਾ ਲੱਗਦਾ ਹੈ, ਪਰ ਮੇਰੀ ਹੱਥ ਬੰਨ ਕੇ ਬੇਨਤੀ ਆ ਤੁਹਾਡੇ ਸਾਰਿਆਂ ਅੱਗੇ, ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ, ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਇਸ ਬੰਦੇ ਦੀ ਜ਼ਿੰਦਗੀ ਬਚਾ ਸਕਦਾ ਹੈ, ਕਿਉਂਕਿ ਘਰ ਵਿਕ ਚੁੱਕਿਆ, ਹੁਣ ਪਿੱਛੇ ਵੀ ਕਮਾਉਣ ਵਾਲਾ ਕੋਈ ਨਹੀਂ ਮੇਰੇ ਵੀਰੋ। ਤੇ ਇਹਦਾ ਆਪਰੇਸ਼ਨ ਹੋਣਾ, ਇਹਦੀ ਲੱਤ ਘਟਾਉਣੀ ਹੈ, ਉਹਦੇ ਲਈ ਵੀ ਕਾਫੀ ਇਲਾਜ ਤੇ ਜਿਹੜਾ ਉਹ ਖਰਚਾ ਆਉਣਾ, ਤੇ ਮੈਂ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਮੇਰੇ ਵੀਰ, ਰੋਣਾ ਨਹੀਂ, ਕੋਈ ਗੱਲ ਨਹੀਂ, ਪਹਿਲਾਂ ਇੱਕ